ਦੇਖੋ ਜੀ, ਪਾਰਟੀ ਦੇ ਨੁਕਸਾਨ ਦੀ ਵੱਖਰੀ ਗੱਲ ਹੈ। ਪਰਿਵਾਰ ਦਾ ਇੱਕ ਉਹ ਚੀਜ਼ ਚਲਾ ਗਈ, ਵਿਕਰਮ ਦਾ ਬਾਪ ਚਲਾ ਗਿਆ, ਸਾਡੀ ਆਂਟੀ ਦੇ ਘਰ ਦਾ ਸਿਰ ਦਾ ਸਾਇਆ ਚਲਾ ਗਿਆ। ਇਸ ਤੋਂ ਵੱਡਾ ਨੁਕਸਾਨ ਕੀ ਹੋ ਸਕਦਾ? ਪਾਰਟੀਆਂ ਨੁਕਸਾਨ ਇਹ ਤਾਂ ਸਭ ਚੱਲਦੀ ਰਹਿੰਦੀ ਹੈ, ਲੇਕਿਨ ਇੱਕ ਪਰਿਵਾਰ ਦਾ ਇੱਕ ਜੀ ਜਿਹੜਾ ਨਾਅਰੇ ਲਾ ਰਿਹਾ ਸੀ ਭਾਰਤ ਜੋੜੋ, ਮੈਡਮ ਚੰਗਾ ਭਲਾ ਬੰਦਾ ਆ ਕੇ ਰਾਹੁਲ ਗਾਂਧੀ ਜੀ ਨਾਲ ਵਾਕ ਕਰ ਰਿਹਾ ਹੈ, ਗੱਲਾਂ ਕਰ ਰਿਹਾ, ਸਰਬ ਧਰਮ ਦੇ ਲੋਕਾਂ ਨੂੰ ਮਿਲਵਾ ਰਿਹਾ, ਚਾਹ ਚੜ੍ਹਿਆ ਗਿਆ, ਉਹ ਇਸ ਤਰ੍ਹਾਂ ਹੱਸਦਾ ਖੇਡਦਾ। ਮੈਂ ਬਾਂਹ ਫੜ ਕੇ ਲਿਆ ਖੁਦ ਸਟੇਜ 'ਤੇ ਨਾਅਰੇ ਲਾਉਂਦਿਆਂ ਦੀ, ਜਿਹੜੀ ਮੈਂ ਹੁਣ ਟਵੀਟ ਕੀਤੀ ਆ ਉਹਨਾਂ ਦੀ, ਮੈਂ ਗਿਆ ਉਹਨਾਂ ਦੀ ਬਾਂਹ ਫੜ ਕੇ ਮਾਈਕ ਪਾਸੇ ਕਰਕੇ ਉਹਨਾਂ ਨੂੰ ਲੈ ਕੇ ਆਇਆ। ਰਾਹੁਲ ਜੀ ਨੇ ਹੱਥ ਫੜਿਆ ਉਹਨਾਂ ਦਾ, ਰਾਹੁਲ ਜੀ ਨੇ ਉਹਨਾਂ ਨੂੰ ਆਪਦੇ ਨਾਲ ਚਲਾਇਆ, ਫਿਰ ਉਹਨਾਂ ਨੇ ਰਾਹੁਲ ਜੀ ਨੂੰ ਕਿਹਾ ਕਿ ਨਹੀਂ ਉਹ ਸਰਬ ਧਰਮ ਦੇ ਲੋਕਾਂ ਨਾਲ ਫੋਟੋ ਕਰਾਉਣੀ ਆ, ਉਹ ਕਰਾਈ। ਅਤੇ ਉਸ ਤੋਂ ਬਾਅਦ ਪਤਾ ਲੱਗਿਆ, ਮੇਰੀ ਕੁਲੀਗ ਹੈ ਇੱਕ ਤਮਿਲਨਾਡੂ ਦੀ ਮੈਂਬਰ ਪਾਰਲੀਮੈਂਟ, ਉਹ ਕਹਿੰਦੇ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਹਾਊ ਆਰ ਯੂ ਜੋਤੀ, ਇੰਨਾ ਕਹਿ ਅਤੇ ਹਰਟ ਫੇਲੀਅਰ ਡਿੱਗ ਪਏ। ਅਸੀਂ ਐਂਬੂਲੈਂਸ 'ਤੇ ਲੈ ਕੇ ਤੁਰੰਤ ਉਹਨਾਂ ਨੂੰ ਵਿਰਕ ਹੋਸਪਿਟਲ ਫਗਵਾੜਾ ਲੈ ਗਏ, ਜਿੱਥੇ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਉੱਥੇ ਮੇਜਰ ਹਾਰਟ ਅਟੈਕ ਆ ਗਿਆ। ਦੇਖੋ ਜੀ, ਯਾਤਰਾ ਕਿੱਦਾਂ ਦੇਖ ਰਿਹਾ, ਮੈਨੂੰ ਇਹ ਨਹੀਂ ਪਤਾ ਵੀ ਯਾਤਰਾ ਤਾਂ 150 ਦਿਨ ਤੋਂ ਚੱਲ ਰਹੀ ਹੈ। ਮੈਨੂੰ ਲੱਗਦਾ ਕਿ ਇਸ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਜਿਹੜੀ ਉਹ ਕਾਂਗਰਸ ਪਾਰਟੀ, ਮਾਸਟਰ ਗੁਰਮੰਤਾ ਸਿੰਘ ਜੀ ਤੋਂ ਲੈ ਕੇ ਚੌਧਰੀ ਸੰਤੋਖ ਸਿੰਘ ਅਤੇ ਚੌਧਰੀ ਜਗਜੀਤ ਸਿੰਘ, ਫਿਰ ਹੁਣ ਤਾਂ ਚੌਥੀ ਪੀੜ੍ਹੀ ਵਿਕਰਮ ਚੌਧਰੀ ਹਰੀ ਵੀ ਪਰਿਵਾਰ ਦੀ ਸੇਵਾ। ਔਰ 1976 ਜਦੋਂ ਮੈਂ ਪੈਦਾ ਨਹੀਂ ਹੋਇਆ ਸੀ ਉਦੋਂ ਸੰਤੋਖ ਚੌਧਰੀ ਜੀ ਯੂਥ ਕਾਂਗਰਸ ਬਤੌਰ ਵਾਈਸ ਪ੍ਰੈਜ਼ੀਡੈਂਟ, 1976 ਦੀ ਗੱਲ ਕਰ ਰਹੇ। ਸੋ ਮੈਂ ਸਮਝਦਾ ਕਿ ਬੜੀਆਂ ਤੱਤੀਆਂ ਠੰਡੀਆਂ ਹਵਾਵਾਂ ਵਗੀਆਂ, ਲੇਕਿਨ ਇਹ ਪਰਿਵਾਰ ਨੇ ਕਦੇ ਕਾਂਗਰਸ ਪਾਰਟੀ ਦਾ ਸਾਥ ਨਹੀਂ ਛੱਡਿਆ, ਗਾਉਂਦੇ ਰਹੇ ਜਾਂਦੇ ਰਹੇ। ਔਰ ਬਹੁਤ ਵੱਡੀ ਦੇਣ ਹੈ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਆਪਦੇ ਸਮਾਜ ਨੂੰ, ਔਰ ਖਾਸ ਕਰਕੇ ਕਾਂਗਰਸ ਪਾਰਟੀ ਨੂੰ। ਔਰ ਯਾਤਰਾ, ਅਸੀਂ ਜਦੋਂ ਰਾਹੁਲ ਗਾਂਧੀ ਨੂੰ ਇਹ ਗੱਲ ਪਤਾ ਲੱਗੀ, ਰਾਹੁਲ ਜੀ ਨੂੰ, ਕਿ ਇਸ ਤਰ੍ਹਾਂ ਦਾ ਮੈਂ ਟੈਲੀਫੋਨ ਕਰਕੇ ਦੱਸਿਆ, ਤਾਂ ਉਹਨਾਂ ਨੇ ਇਮੀਡੀਏਟਲੀ ਆਪਣੀ ਯਾਤਰਾ, ਕਿਉਂਕਿ ਸੁਬਾਹ ਟੀ ਬ੍ਰੇਕ ਹੋਣੀ ਹੁੰਦੀ ਹੈ, ਯਾਤਰਾ ਤੋਂ ਬਾਅਦ ਫਿਰ ਯਾਤਰਾ ਚੱਲਦੀ ਹੈ, ਉਹ ਸਾਰੀ ਯਾਤਰਾ ਸਸਪੈਂਡ ਕਰ ਦਿੱਤੀ ਗਈ ਹੈ ਹੁਣ ਤੱਕ। ਜਿਹੜਾ ਅਗਲਾ ਨਿਰਣਾ ਉਹ ਰਾਹੁਲ ਜੀ ਨੇ ਖੁਦ ਲੈਣਾ, ਔਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਮਰਿੰਦਰ ਸਿੰਘ ਤੁਸੀਂ ਤੁਹਾਡੇ ਨਾਲ ਹੀ ਚੱਲ ਰਹੇ ਸੀਗੇ, ਵਰਕ ਕਰ ਰਹੇ ਸੀਗੇ, ਤਾਂ ਕੀ ਅਚਾਨਕ ਸੀਨੇ ਦੇ ਵਿੱਚ ਦਰਦ ਹੋਇਆ ਸੀਗਾ ਕੋਈ? ਨਾ, ਕੁਝ ਪਹਿਲਾਂ ਵੀ ਤਬੀਅਤ ਖਰਾਬ ਸੀ। ਨੋ ਨੋ, ਤਬੀਅਤ ਖਰਾਬ ਹੀ ਨਹੀਂ ਸੀ ਰੈਗੂਲਰ, ਜੋ ਜਿਸ ਤਰ੍ਹਾਂ ਮੈਨੂੰ ਆਂਟੀ ਹੋਰਾਂ ਨੇ ਦੱਸਿਆ ਕਿ ਹਰ 3 ਮਹੀਨਿਆਂ ਬਾਅਦ ਬੈਸਟ ਤੋਂ ਬੈਸਟ ਡਾਕਟਰ ਤੋਂ ਆਪਦਾ ਚੈੱਕਅਪ ਕਰਾਉਂਦੇ ਸੀ, ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ, ਰੈਗੂਲਰ ਵਾਕ ਕਰਦੇ ਸੀ, ਕੋਈ ਇਹ ਨਹੀਂ ਸੀ ਕਿ ਕੋਈ ਸ਼ੂਗਰ ਵਧੀ ਹੈ ਜਾਂ ਘਟੀ ਹੈ ਜਾਂ ਇਸ ਤਰ੍ਹਾਂ ਦਾ, ਕਦੇ ਨਹੀਂ ਹੋਇਆ ਸੀ। ਵੈਰੀ ਕੰਟਰੋਲਡ ਐਂਡ ਵੈਰੀ ਪਰਟੀਕੁਲਰ, ਤੁਸੀਂ ਦੇਖਿਆ ਹੋਣਾ, ਇੰਨਾ ਸ਼ੌਕੀਨ ਆਦਮੀ ਜਿਹਨੂੰ ਹਮੇਸ਼ਾ ਅੱਜ 75-76 ਸਾਲਾਂ ਦੀ ਉਮਰ ਦੇ ਵਿੱਚ ਮੈਂ ਟਿੱਚ ਵੇਖਿਆ, ਆਈ ਐਡਮਾਇਰ ਹਿਮ ਵਾਟ ਹੀ ਵੇਅਰਸ। ਹਮੇਸ਼ਾ ਤੁਸੀਂ ਉਹਨਾਂ ਦੇ ਕੱਪੜਿਆਂ ਦੇ ਵਿੱਚ ਨਾ ਵੱਲ ਨਹੀਂ ਦੇਖੋਗੇ। ਔਰ ਮੈਨੂੰ ਪਤਾ ਹੈ ਕਿ 1995 ਦੇ ਵਿੱਚ ਇਹ ਗਿੱਦੜਵਾ ਆਏ ਸੀ, ਮੈਂ ਛੋਟਾ ਜਿਹਾ ਸੀਗਾ, ਉਦੋਂ ਬਾਏ ਇਲੈਕਸ਼ਨ ਹੋਇਆ ਸੀ। ਇਹਨਾਂ ਦੀ ਜਿਹੜੀ ਡਿਊਟੀ ਸੀ ਉਹ ਮੇਰੇ ਨਾਨਕੇ ਪਿੰਡ ਸੀ ਸੋਥੇ, ਮੇਰਾ ਜਿੱਥੇ ਮੇਰੇ ਅਤੇ ਮੇਰੇ ਨਾਨੇ, ਅਸੀਂ ਮੇਰੀ ਨਾਨੀ ਅਤੇ ਮੇਰੇ ਮਾਮੇ ਪਿੰਡ ਰਹਿੰਦੇ ਸੀ, ਪਿੰਡ ਗਿੱਦੜਵਾ 'ਚ ਪੈਂਦਾ ਸੀ। ਸੋ ਮੈਂ ਪਹਿਲੀ ਵਾਰੀ ਬਤੌਰ ਨੌਜਵਾਨ ਮੁੰਡਾ 95 'ਚ ਇਹਨਾਂ ਦੀ ਗੱਡੀ 'ਚ, ਦੈਟ ਟਾਈਮ ਹੀ ਵਾਜ਼ ਅ ਮਿਨਿਸਟਰ, ਮੈਂ ਚੜ੍ਹਿਆ। ਮੈਂ ਇੱਕ ਦਿਨ ਆਪਦੇ ਭਾਸ਼ਣ 'ਚ ਜਲੰਧਰ ਵੀ ਇਹ ਗੱਲ ਕਹੀ। ਸੋ ਕਦੇ ਐਡੇ ਮਿੱਠ ਬੋਲੜਾ ਵਿਅਕਤੀ ਸੁਭਾਅ ਦੇ, ਔਰ ਕਦੇ ਮੈਂ ਟਸ ਤੋਂ ਮਸ ਨਹੀਂ, ਕਦੇ ਕੋਈ ਇਹ ਨਹੀਂ ਵੀ ਦਾੜੀ ਸ਼ੇਵ ਤੁਹਾਨੂੰ ਦੇਖੀ ਜਾਊਗੀ। ਫਿਜ਼ੀਕਲੀ ਫਿੱਟ ਐਂਡ ਅਪ ਟੂ ਦਾ ਮਾਰਕ, ਕੋਟ ਬੈਸਟ ਟਵੀਟ ਹੀ ਆਲਵੇਜ਼ ਵੇਅਰ। ਅਸੀਂ ਦੇਖ ਦਿੰਦੇ ਸੀ ਵੀ ਸਰ ਆਹ ਮੈਨੂੰ ਬਣਾ ਕੇ ਦਾ, ਥੋੜ੍ਹੇ ਦਿਨ ਹੀ ਜਲੰਧਰ ਪਹਿਲਾਂ ਮੈਂ ਕਹਿੰਦੀ ਇੱਕ ਮੈਨੂੰ ਵੀ ਇਹ ਜਿਹਾ ਬਣਾ ਦੇ। ਸੋ ਅੱਜ ਸੈਕਿੰਡ ਆਪਦੇ ਹੱਥਾਂ 'ਚ ਚੱਲਦਾ ਚੱਲਦਾ ਵਿਅਕਤੀ ਇੱਦਾਂ ਚਲਾ ਜਾਵੇ, ਵੈਰੀ ਹਾਰਡ। ਸਰ, ਹਾਊ ਡੂ ਯੂ ਰਿਮੈਂਬਰ ਹਿਮ ਸਰ, ਸੇ ਇਨ ਇੰਗਲਿਸ਼? I think this Bharat Jodo Yatra, it's in the history. Somebody is our member of parliament, age 76, and the way what auntie said, ki from last 3 days he was not sleeping, very excited about the Bharat Jodo Yatra, and 15 minutes before he died he was saying Bharat Jodo, Bharat Jodo. I have the video, I have tweeted that video, you can watch out. And he's gone, I think. This is never
कभी इसको भूल ही नहीं सकते विल नेवर कुछ दिन पहले ये मुस्कुराहट क्योंकि क्योंकि देयर इज नो हिस्ट्री ही इज वेरी पर्टिकुलर अबाउट हिज हेल्थ व्हाट हिज फैमिली सेड कि ऑलवेज वॉक और वॉक रेगुलर चेकअप आफ्टर 3 मंथ्स अप टू डेट एवरी शुगर और ब्लड प्रेशर नथिंग इज देयर बट ऑल ऑफ सडन आई थिंक इट्स अ एक्साइटमेंट of Bharat Jodo Yatra might be in this age you So is it cardiac arrest or is it heart attack? No, it's a cardiac. He always walk or walk a regular checkup after 3 months, up to date, every sugar or blood pressure, nothing is there. But all of a sudden, I think it's a excitement of Bharat Jodo Yatra might be in this age you So is it cardiac arrest or is it heart attack? No, it's a cardiac. Bhuding sir, Rahul ji, are you parivar de naal dukhsan ja karan di? Sir, Rahul ji, haan ji, haan ji, haan ji, Rahul ji. Sir, Punjab di rajneeti nu kis tarah dekhde ho? We just want to know what is the future of Bharat Jodo? I mean, is it going to be suspended? It's suspended for today, but what happens today? Yeah, it's suspended for today. Suspended for today and tomorrow it's, I think, that last rasam, antim sanskar. I think what, in my view, it's not I have not spoken to Rahulji till yet or his team, but I think what we all feel ki after Antim Sanskar tomorrow will start the Yatra. But till Antim Sanskar, Yatra will be suspended. So, on day utte jede Santokh Singh Chaudhary ne unna da ki impact rahega, dil de vich ki chhap rahegi unna di. So, don't ask me now because chhap de bare. ਮੇਰੇ 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 ਵਰਗੇ ਬੰਦੇ ਨਾਲ ਤਾਂ ਇਹੋ ਜਿਹੀਆਂ ਘਟਨਾਵਾਂ ਬਹੁਤ ਜ਼ਿੰਦਗੀ ਚ ਮੈਂ ਆਵਾਜ਼ 6 ਸਾਲ ਦਾ ਸੀਗਾ ਮੇਰੀ ਮਦਰ ਮੇਰੇ ਚਲੇ ਗਏ ਸੋ ਬੰਦਾ ਹੱਥਾਂ 'ਚ ਤੁਹਾਡੇ ਹੋਵੇ ਤਾਂ ਇਸ ਤਰ੍ਹਾਂ ਚਲਾ ਜਾਊ ਸੋ ਮੈਨੂੰ ਲੱਗਦਾ ਕਿ ਮੈਂ ਤਾਂ ਇਹੀ ਕਹਿਣ ਵਾਲਾ ਕਿ ਨਥਿੰਗ ਇਜ਼ ਹੇਅਰ ਟੂ ਬੀ ਵੈਰੀ ਓਨੈਸਟ ਸਾਨੂੰ ਲੋਕਾਂ ਨੂੰ ਇਮਾਨਦਾਰੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਔਰ ਬਿਨਾਂ ਭੇਦਭਾਵ ਕੀਤੇ ਸਾਨੂੰ ਜ਼ਿੰਦਗੀ ਆਪਦੀ ਜਿਉਣੀ ਚਾਹੀਦੀ ਹੈ ਦ ਵੇ ਹੀ ਲਿਵ ਵੈਸੇ ਤਾਂ ਬਹੁਤ ਅਣਹੋਣੀ ਹੈ ਇਸ ਤਰ੍ਹਾਂ ਬੰਦੇ ਦਾ ਚਲੇ ਜਾਣਾ ਬਟ ਆਈ ਥਿੰਕ ਬਹੁਤ ਲੱਕੀ ਹੀ ਇਸ ਕਿ ਤੁਰਿਆ ਜਾਂਦਾ ਬੰਦਾ ਚਲਾ ਗਿਆ ਸਾਡੇ ਬਜ਼ੁਰਗ ਸਾਨੂੰ ਕਹਿੰਦੇ ਹੁੰਦੇ ਸੀਗੇ ਨਾਨੀ ਜੀ ਮੇਰੇ ਪੰਜਾਬੀ 'ਚ ਪੰਜਾਬੀ ਲੋਕ ਕਹਿੰਦੇ ਕਿ ਤੁਰਿਆ ਜਾਂਦਾ ਰਾਹੀਆਂ ਸੰਗ ਰਲ ਗਿਆ ਸੋ ਮੈਨੂੰ ਲੱਗਦਾ ਇਹੋ ਜਿਹੇ ਲੋਕ ਵੀ ਲੱਕੀ ਹੁੰਦੇ ਆ ਬਿਲਕੁਲ ਯਾਨੀ ਕਿ ਤੁਸੀਂ ਉਹਦੀ ਨੁਮਾਇੰਦਗੀ ਕਰਦੇ ਹੋ ਬਹੁਤ ਵੱਡਾ ਪੰਜਾਬ ਦੀ ਰਾਜਨੀਤੀ ਨੂੰ ਕੀ ਮੈਨੂੰ ਨਹੀਂ ਲੱਗਦਾ ਕੀ ਦੇਖਣਾ ਚਾਹੀਦਾ ਬਟ ਸਾਨੂੰ ਪਾਰਟੀ ਨੂੰ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਸਮਾਜ ਨੂੰ ਤੇ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਨੁਕਸਾਨ